It's so fast. So which side we have to go? Yes. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਓਕੇ ਸਤਿ ਸ਼੍ਰੀ ਅਕਾਲ ਅੱਜ ਦਾ ਦਿਨ ਹੈ ਜੀ 1 ਜਨਵਰੀ 2018 ਔਰ ਅੱਜ ਅਸੀਂ ਚੱਲੇ ਹਾਂ ਆਪਣਾ ਨਵਾਂ ਸਾਲ ਮਨਾਉਣ ਅਤੇ ਨਵਾਂ ਸਾਲ ਮਨਾਉਣ ਦਾ ਸਾਡਾ ਪਲੈਨ ਜਿਹੜਾ ਸੀਗਾ ਬਹੁਤ ਵਧੀਆ ਸੀਗਾ ਕਿਉਂਕਿ ਅਸੀਂ ਸੋਚਦੇ ਸੀਗੇ ਕਿ ਬਹੁਤ ਸਨੀ ਵੈਦਰ ਹੋਊਗਾ ਬਟ ਐਜ਼ ਯੂ ਕੈਨ ਸੀ ਕਿ ਵੀ ਵੈਦਰ ਨੇ ਤਾਂ ਬਹੁਤ ਹੀ ਵੈਦਰ ਕਰਨਾ ਹੈ ਸੋ ਹੁਣ ਅਸੀਂ ਫਿਰ ਵੀ ਜੋ ਸਾਡਾ ਪਲੈਨ ਸੀਗਾ ਅਸੀਂ ਉਸੇ ਪਲੈਨ ਦੇ ਉੱਤੇ ਹੀ ਹਾਂ ਅਤੇ ਅਸੀਂ ਸੋਚ ਰਹੇ ਹਾਂ ਕਿ ਵੀ ਜੋ ਸਾਡਾ ਪਲੈਨ ਸੀਗਾ ਉਹਨੂੰ ਆਪਾਂ ਕੰਪਲੀਟ ਕਰ ਲਈਏ ਕਿ ਵੀ ਚਲੇ ਜਾਈਏ ਜਿੱਥੇ ਜਾਣਾ ਸੀਗਾ ਸੋ ਆਪਾਂ ਜਾ ਰਹੇ ਹਾਂ ਅੱਜ ਵੋਬਨ ਸਫਾਰੀ ਲਾਗੇ ਹੀ ਆਪਣੇ ਘਰ ਤੋਂ ਕੁਛ ਜ਼ਿਆਦਾ ਦੂਰ ਨਹੀਂ ਆ ਹੁਣ ਮੀਂਹ ਜਿਹੜਾ ਆ ਉਹ ਥੋੜ੍ਹਾ ਜ਼ਿਆਦਾ ਪੈ ਗਿਆ ਆ ਔਰ ਮੈਨੂੰ ਇਹਦੇ ਬਾਰੇ ਪਤਾ ਨਹੀਂ ਕਿ ਵੀ ਹੁਣ ਉੱਥੇ ਕੁਛ ਹੋਊਗਾ ਵੀ ਕਿ ਨਹੀਂ ਹੋਊਗਾ ਸੋ ਲੈਟਸ ਸੀ ਕੀ ਬਣਦਾ ਸੋ ਫਾਈਨਲੀ ਆਪਾਂ ਪਹੁੰਚ ਗਏ ਜੀ ਅਤੇ ਸਾਨੂੰ ਮੈਪ ਦੇ ਦਿੱਤਾ ਗਿਆ ਹੈ ਕਿ ਵੀ ਤੁਸੀਂ ਹੁਣ ਇਹ ਮੈਪ ਦੇ ਹਿਸਾਬ ਨਾਲ ਫੋਲੋ ਕਰਨਾ ਹੈ ਅਤੇ ਸਾਹਮਣੇ ਆਪਣੇ ਜੰਗਲੀ ਮੱਝਾਂ ਨੇ ਮੈਂ ਸਪੈਸ਼ਲੀ ਕਿਹਾ ਕਿ ਵੀ ਭਾਈ ਸ਼ੀਸ਼ੇ ਨਹੀਂ ਖੋਲਣੇ ਅਸੀਂ ਖੋਲ ਕੇ ਬੈਠੇ ਮੀਂਹ ਪੈਣ ਡਿਆ ਵਿਚਾਰੀਆਂ ਇੱਦਾਂ ਹੀ ਬੰਨੀਆਂ ਨੇ ਕੋਈ ਹਾਲ ਨਹੀਂ ਹੈ ਮੈਂ ਨਾ ਇਹਨਾਂ ਦਾ ਕਿੱਡੀ ਦੁਰਦਸ਼ਾ ਕੀਤੀ ਹੋਈ ਆ ਜਾਨਵਰਾਂ ਦੀ ਇਹਨਾਂ ਨੇ ਨਹੀਂ ਆਮ ਜਸਟ ਜੋਕਿੰਗ ਠੀਕ ਠਾਕ ਰੱਖੇ ਹੋਏ ਨੇ ਵਧੀਆ ਨੇ ਧਰਮ ਨਾ ਪਹਿਲੀ ਇਹਦੀ ਮਤਲਬ ਇਹ ਵੇਖਣ ਡਿਆ ਮੈਂ ਇੱਦਾਂ ਕਿਉਂਕਿ ਜ਼ਿਆਦਾਤਰ ਡਿਸਕਵਰੀ ਚੈਨਲ 'ਤੇ ਵੇਖ ਛੱਡੇ ਨੇ ਔਰ ਵਧੀਆ ਐਕਸਪੀਰੀਅੰਸ ਆ ਲਾਈਕ ਯੂ ਸੀਇੰਗ ਦੋਜ਼ ਐਨੀਮਲਸ ਫੋਰ ਦਾ ਵੈਰੀ ਫਸਟ ਟਾਈਮ ਇਨ ਦਾ ਵੈਰੀ ਲਾਈਵ ਮੋਡ ਉਹ ਆਹ ਵਾਲੇ ਆਪਾਂ ਆਹ ਜਿਹੜੇ ਜਾਨਵਰ ਨੇ ਆਪਾਂ ਬਥੇਰੇ ਵੇਖੇ ਜਦੋਂ ਮਗਰਮੱਛ ਇਹਨਾਂ ਨੂੰ ਖਾਂਦੇ ਹੁੰਦੇ ਨੇ ਆਹ ਵੇਖਿਓ ਓਹ ਮੇਰਾ ਕੈਮਰਾ ਫੋਕਸ ਨਹੀਂ ਕਰਨ ਡਿਆ ਆਹ ਵਾਲੇ ਜਾਨਵਰ ਅਸੀਂ ਬਥੇਰੇ ਵੇਖੇ ਹੈ ਨਾ ਮਗਰਮੱਛ ਖਾਂਦੇ ਹੁੰਦੇ ਇਹਨਾਂ ਨੂੰ ਜਦੋਂ ਨਦੀ ਪਾਰ ਕਰਨ ਡਿਆ ਵਾਹ ਕਿਆ ਮੱਝਾਂ ਹੀ ਵੇਖੀਆਂ ਅੱਜ ਤੱਕ ਆਪਾਂ ਮਤਲਬ ਮੱਝਾਂ ਗਾਵਾਂ ਇਹੋ ਚੀਜ਼ਾਂ ਜਾਂ ਆਪਣਾ ਊਂਠ ਵੇਖ ਲਿਆ ਪਰ ਵਾਓ ਫਸਟ ਟਾਈਮ ਐਕਸਪੀਰੀਅੰਸ ਕਾਫੀ ਵਧੀਆ ਹੈ ਮੀਂਹ ਨਾ ਪੈਂਦਾ ਹੁੰਦਾ ਫਿਰ ਬਹੁਤ ਵਧੀਆ ਹੋ ਜਾਣਾ ਸੀ ਮਾੜੀ ਹੋਈ 40-45 ਪਾਉਂਡ ਵੀ ਲਾਏ ਅੱਧੀ ਦਿਹਾੜੀ ਲਾਈ ਅੱਧੀ ਚਲੋ ਕੋਈ ਨਹੀਂ ਨੈਕਸਟ ਟਾਈਮ ਫਿਰ ਆਵਾਂਗੇ ਫਿਰ ਮੇ ਬੀ ਹੋ ਸਕਦਾ ਆਪਾਂ ਹੁਣ ਇਹਨੂੰ ਜਾਣਾ ਹੁਣ ਆਪਾਂ ਟਾਈਗਰਸ ਵਾਲੇ ਏਰੀਏ 'ਚ ਚੱਲੇ ਹਾਂ ਜੇ ਤਾਂ ਹੋਇਆ ਕੋਈ ਟਾਈਗਰ ਵਿਚਾਰਾ ਬਾਹਰ ਤਾਂ ਸਾਨੂੰ ਜ਼ਰੂਰ ਦਰਸ਼ਨ ਦਊਗਾ ਅਤੇ ਉਹ ਬੰਦ ਕੀ ਕੀਤਾ ਉਹਨਾਂ ਨੇ ਯੂਜ਼ ਬੋਥ ਲੇਨਸ ਪਲੀਜ਼ ਐਨੀਮਲ ਕੈਨ ਡੈਮੇਜ ਯੂਅਰ ਵਹੀਕਲ ਪਲੀਜ਼ ਕੀਪ ਮੂਵਿੰਗ ਸਲੋਲੀ ਥਰੂ ਦਿਸ ਸੈਕਸ਼ਨ ਤੁਹਾਡਾ ਪਰਾਈਡ ਅਤੇ ਖੋਲੋਗੇ ਬੂਆ ਓ ਭਾਊ that's the warning over there these animals can damage your vehicle please keep moving slowly par ye ke kolon bhagwa koi haar na tumaro proud sponsor of the tigers sara na hai lagda jidda hai na jurassic park wali film vekhan de hunne oh vekhda je bhai ਜੰਗਲ ਚ ਮੰਗਲ ਹੋਇਆ ਪਿਆਰੇ ਹੈਲੋ ਓ ਸ਼ੇਰ
so nice. Yeah. These are the ones in the Game of Thrones. They look like dogs. Oh. They're running with the car. He's running with the car. Oh my god. That was the coolest video shot I ever took. Oh my god. He was running just next to me. We just have a mirror and a little bit things in between. But I'm sure ki oh do burkiyan de vich taar phad kar sakda car de material no. It was so nice. 45 pound apne ethe hi cover ho gaye. Matlab paisa vasool ho gaya. I love it. I think yeah, they live in these. Because Mowgli de vich vi oh idda hi oh dens je bana ke rehnde hunde hi hai na. Te idda hi unhone mesa na den dunje banaye ne te Mowgli ethe Mowgli main hi ha ki ajj mere naal de sare wolves jehde ne. सारे सुते हैं गूगल होए हैं सारियां शेरनियां चलो भी पहली वरी मतलब इदा जदों आपा देखिए ना वाइल्ड एनिमल जदों जड़ियां चीजें आपा सारियां नेशनल ज्योग्राफिक डिस्कवरी चैनल ते देख छड़ियां ने इट्स सो नाइस ओथे हाथी भी हैगे है ओथे ਆਪਣਾ ਸਫਾਰੀ ਪਾਰਕ ਵੋਬਨ ਸਫਾਰੀ ਪਾਰਕ ਚ ਆਏ ਅਤੇ ਤਕਰੀਬਨ ਆਪਾਂ ਇੱਥੇ ਸ਼ੂਟ ਕਰ ਲਿਆ ਸਾਰਾ ਕੁਛ ਔਰ ਬਸ ਹੁਣ ਤੁਰ ਕੇ ਥੋੜ੍ਹਾ ਜਿਹਾ ਕਰਨ ਦਾ ਪ੍ਰੋਗਰਾਮ ਰਹਿ ਗਿਆ ਕਰਦੇ ਹੁਣ ਉਹ ਵੀ ਵਧੀਆ ਸੀਗਾ ਨੇ ਰਾਈਨੋ ਦੇਖਿਆ ਆ ਪਰ ਇੰਨੇ ਲੰਬੇ ਰਾਈਨੋ ਦੇ ਸਿੰਘ ਜਿਹੜੇ ਨੇ ਮੈਂ ਕਦੀ ਡਿਸਕਵਰੀ ਚੈਨਲ 'ਤੇ ਵੀ ਨਹੀਂ ਵੇਖੇ ਜਿੱਡੇ ਵੱਡੇ ਇੱਥੇ ਵੇਖੇ ਨੇ ਸੋਰੀ ਮੈਂ ਟੌਫੀ ਖਾ ਰਿਹਾ ਇੱਕ ਉਹਦੇ ਕਰਕੇ ਥੋੜ੍ਹਾ ਜਿਹਾ ਜਿਨ੍ਹਾਂ ਨੇ ਐਨੀਮਲ ਨਹੀਂ ਵੇਖੇ ਨਾ ਅੱਜ ਤੱਕ ਵਾਈਲਡ ਲਾਈਫ ਓਰੀਜਨਲ 'ਚ ਪਲੀਜ਼ ਵਿਜ਼ਿਟ ਕਰੋ ਪਲੀਜ਼ We'll be right back.
ਸੋ ਅੱਜ ਦਾ ਆਪਣਾ ਜਿਹੜਾ ਸਫਾਰੀ ਪਾਰਕ ਦਾ ਟੂਰ ਜੇ ਸੀਗਾ ਉਹ ਆਪਣਾ ਕੰਪਲੀਟ ਹੋ ਗਿਆ ਔਰ ਇਟ ਵਾਜ਼ ਸੋ ਲਵਲੀ ਇਟ ਵਾਜ਼ ਸੋ ਐਕਸਾਈਟਿਡ ਐਕਸਾਈਟਿੰਗ ਇਟ ਵਾਜ਼ ਸੋ ਐਕਸਾਈਟਿੰਗ ਦੈਟ ਆਈ ਲਵਡ ਇਟ ਸੋ ਮੱਚ ਦੈਟ ਆਈ ਰੀਅਲੀ ਵਾਂਟ ਟੂ ਕਮ ਬੈਕ ਅਗੇਨ ਹੇਅਰ ਐਂਡ ਵਿਜ਼ਿਟ ਦੀਜ਼ ਐਨੀਮਲਸ ਐਂਡ ਸੀ ਦੈਮ ਲਾਈਕ ਨੈਕਸਟ ਟਾਈਮ ਆਈ ਵੁੱਡ ਲਵ ਟੂ ਡੂ ਦੈਟ ਯੂ ਨੋ ਸਪੈਸ਼ਲ ਵਨ ਲਾਈਕ ਵੇ ਯੂ ਕੈਨ ਗੋ ਮੋਰ ਕਲੋਜ਼ਰ ਟੂ ਦਾ ਐਨੀਮਲਸ ਬਟ ਇਨ ਸ਼ੋਰਟ ਬਹੁਤ ਵਧੀਆ ਸੀਗਾ ਆਈ ਰੀਅਲੀ ਲਵਡ ਇਟ ਐਂਡ ਆਈ ਰੀਅਲੀ ਵਾਂਟ ਕਿ ਮਤਲਬ ਜਦੋਂ ਵੀ ਤੁਹਾਨੂੰ ਕਿਤੇ ਟਾਈਮ ਲੱਗੇ ਤਾਂ ਜ਼ਰੂਰ ਵਿਜ਼ਿਟ ਕਰੋ ਬਹੁਤ ਜ਼ਿਆਦਾ ਵਧੀਆ ਐਕਸਪੀਰੀਅੰਸ ਆ ਸੋ ਬਾਕੀ ਆਪਾਂ ਤੁਹਾਨੂੰ ਮਿਲਦੇ ਹਾਂ ਥੋੜ੍ਹੀ ਦੇਰ ਦੇ ਵਿੱਚ ਸੀ ਆ ਬਾਏ ਬਾਏ ਓ ਮਾਈ ਗੋਡ ਇਟਸ ਸੋ ਫਾਸਟ ਇਟਸ ਸੋ